ਸ਼੍ਰੀਕਾਲ ਜੀ, ਸਵਾਗਤ ਹੈ ਤੁਹਾਡਾ ਕੱਲ ਪੰਜਾਬ ਦੀ ਟੀਵੀ ਦੇ ਇਸ ਖਾਸ ਪ੍ਰੋਗਰਾਮ ਖਬਰ ਐਕਸਪ੍ਰੈਸ, ਜਿੱਥੇ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਰਾਜਨੀਤੀ, ਮਨੋਰੰਜਨ, ਖੇਡ ਤੇ ਵਪਾਰ ਜਗਤ ਦੀਆਂ ਅਹਿਮ ਖਬਰਾਂ ਐਕਸਪ੍ਰੈਸ ਯਾਨੀ ਫਟਾਫਟ ਅੰਦਾਜ਼ ਵਿੱਚ। ਮੈਂ ਹਾਂ ਨਿਤਿਕਾ, ਆਓ ਵੇਖਦੇ ਹਾਂ ਖਬਰਾਂ ਨੂੰ ਤੇਜ਼ ਰਫ਼ਤਾਰ। ਬਠਿੰਡਾ ਦੇ ਹਾਂਡੀ ਰਿਜ਼ੋਰਟ ਵਿੱਚ ਅਕਾਲੀ ਦਲ ਦੀ ਸਰਕਲ ਮੀਟਿੰਗ ਦੌਰਾਨ ਪਹੁੰਚੇ ਸੁਖਬੀਰ ਬਾਦਲ ਦੇ ਡੀਐਸਪੀ ਕਰਨਵੀਰ ਸਿੰਘ ਢਿੱਲੋਂ ਨੇ ਗੋਡੀ ਹੱਥ ਲਾਉਣ ਦੀ ਸ਼ਰਮਨਾਕ ਹਰਕਤ ਕੀਤੀ। ਸੁਖਬੀਰ ਬਾਦਲ ਦੇ ਇਤਰਾਜ਼ਯੋਗ ਅਵਸਥਾ ਵਿੱਚ ਝੁੱਕੇ ਹੱਥ ਲਾਉਣ ਵੇਲੇ ਡੀਐਸਪੀ ਵਰਦੀ ਵਿੱਚ ਸੀ, ਜਦੋਂ ਕੱਲ੍ਹ ਪੰਜਾਬ ਦੀ ਟੀਵੀ ਵੱਲੋਂ ਡੀਐਸਪੀ ਤੋਂ ਉਸਦੀ ਚੋਣ ਜ਼ਾਬਤਾ ਉਲੰਘਣ ਦੀ ਹਰਕਤ ਬਾਰੇ ਪਤਾ ਕੀਤਾ ਗਿਆ ਤਾਂ ਕਰਨਵੀਰ ਸਿੰਘ ਨੇ ਆਖਿਆ ਕਿ ਸੁਖਬੀਰ ਬਾਦਲ ਰਿਸ਼ਤੇ ਵਜੋਂ ਉਸਦਾ ਚਾਚਾ ਲੱਗਦਾ ਹੈ, ਉਸਦੀ ਚਾਚੇ ਪ੍ਰਤੀ ਸ਼ਰਧਾ ਭਾਵਨਾ ਕਾਰਨ ਉਸਨੇ ਇਹ ਕੰਮ ਕਰ ਦਿੱਤਾ। ਹਾਲਾਂਕਿ ਸੁਖਬੀਰ ਬਾਦਲ ਨੇ ਡੀਐਸਪੀ ਨੂੰ ਰਿਹਾ ਕਰਨ ਤੋਂ ਰੋਕਿਆ ਬਥੇਰਾ, ਪਰ ਜਾਪਦਾ ਹੈ ਕਿ ਡੀਐਸਪੀ ਦੀ ਚਾਚਾ ਮਾਰਤਾ ਭਾਵਨਾ ਤੋਂ ਜ਼ਿਆਦਾ ਹੀ ਜ਼ੋਰ ਪਾਉਂਦੀ। ਹੁਣ ਵੇਖਣਾ ਹੈ ਕਿ ਚੋਣ ਕਮਿਸ਼ਨ ਵੀ ਡੀਐਸਪੀ ਦੀ ਚਾਚਾ ਪੱਖੀ ਨੂੰ ਗੋਲੀਆਂ ਕਰੇਗਾ ਜਾਰੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਹੋਈ ਗੁਰੂ ਸ਼ਬਦ ਯਾਤਰਾ ਦਾ ਅੰਜਾਲਾ ਪੂਜਨ ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਦੇ ਪ੍ਰਧਾਨ ਭਾਈ ਜੋਰਾਵਰ ਸਿੰਘ ਨੇ ਦੱਸਿਆ ਕਿ ਸ਼ਬਦ ਗੁਰੂ ਯਾਤਰਾ ਦਾ ਰਾਤ ਦਾ ਵਿਸ਼ਰਾਮ ਅਜਨਾਲਾ ਵਿਖੇ ਹੋਵੇਗਾ ਤੇ ਕੱਲ੍ਹ ਸਵੇਰੇ ਇਹ ਯਾਤਰਾ ਅਗਲੇ ਪੜਾਅ ਲਈ ਰਵਾਨਾ ਹੋਵੇਗੀ। ਪਾਤੜਾ ਵਿਖੇ ਪਟਿਆਲਾ ਲੋਕ ਸਭਾ ਤੋਂ ਕਾਂਗਰਸੀ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਦੇ ਸਮਰਥਨ ਵਿੱਚ ਵੱਡੀ ਰੈਲੀ ਕੀਤੀ ਗਈ। ਨਿਰਮਲ ਸਿੰਘ MLA, ਚਿਤਰਾਣਾ ਅਤੇ ਜਸਵਿੰਦਰ ਰੰਧਾਵਾ ਸਮੇਤ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰ ਸ਼ਾਮਲ ਹੋਏ। ਮਹਾਰਾਣੀ ਪਰਨੀਤ ਕੌਰ ਨੇ ਰੈਲੀ ਵਿੱਚ ਸ਼ਾਮਲ ਹਲਕਾ ਨਿਵਾਸੀਆਂ ਨੂੰ ਕਾਂਗਰਸ ਦੇ ਚੋਣ ਮਨੋਰਥ ਪੱਤਰ ਬਾਰੇ ਜਾਣਕਾਰੀ ਦਿੰਦੇ ਹੋਏ ਸਹਿਯੋਗ ਦੇ ਅਪੀਲ ਕੀਤੀ। ਸੰਗਰੂਰ ਤੋਂ ਅਕਾਲੀ ਭਾਜਪਾ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦਾ ਅੱਜ ਭਵਾਨੀਗੜ੍ਹ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਨਿੱਘੇ ਸਵਾਗਤ ਦੌਰਾਨ ਪਰਮਿੰਦਰ ਢੀਂਡਸਾ ਨਾਲ ਤਸਵੀਰਾਂ ਖਿਚਵਾਉਣ ਵਿੱਚ ਰੁੱਝੇ ਆਗੂਆਂ ਦੇ ਭਾਰੀ ਉਤਸ਼ਾਹ ਦਾ ਫਾਇਦਾ ਉਠਾਉਂਦਿਆਂ ਇਕੱਠ ਵਿੱਚ ਮੌਜੂਦ ਜੇਬ ਕਤਰਿਆਂ ਨੇ ਕਈ ਆਗੂਆਂ ਦੀ ਜੇਬਾਂ ਤੇ ਆਪਣਾ ਹੱਥ ਸਾਫ਼ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਆਗੂਆਂ ਨੂੰ ਜੇਬ ਕਤਰਿਆਂ ਵੱਲੋਂ ਆਪਣੀਆਂ ਜੇਬਾਂ ਸਾਫ਼ ਕਰ ਦੇਣ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਢੀਂਡਸਾ ਦਾ ਗਰਮਾ ਗਰਮ ਸਵਾਗਤ ਕਰਨ ਤੋਂ ਬਾਅਦ ਉਹਨਾਂ ਅਚਾਨਕ ਆਪਣੀਆਂ ਜੇਬਾਂ ਚੈੱਕ ਕੀਤੀਆਂ ਤਾਂ ਕਈ ਆਗੂਆਂ ਦੇ ਪਰਸ ਗੁੰਮ ਹੋ ਗਏ। ਇਸ ਗਹਿਮਾ ਗਹਿਮੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਥੇਦਾਰ ਗੁਰਬਚਨ ਸਿੰਘ ਬੱਚੀ ਦੇ 10,000 ਰੁਪਏ ਅਤੇ ਹੋਰ ਕਈ ਜ਼ਰੂਰੀ ਦਸਤਾਵੇਜ਼ ਚੋਰੀ ਹੋ ਗਏ। ਇਸੇ ਤਰ੍ਹਾਂ ਜੇਬ ਕਤਰਿਆਂ ਨੇ ਅਕਾਲੀ ਦਲ ਦੇ ਬਲਾਕ ਧੂਰੀ ਦੇ ਪ੍ਰਧਾਨ ਕਰਮਜੀਤ ਸਿੰਘ ਭੁੱਲਰ ਹੇੜੀ ਦੇ ਪਰਸ ਤੇ ਹੱਥ ਸਾਫ਼ ਕਰਦਿਆਂ 9,000 ਰੁਪਏ ਦਿੱਤੇ ਅਤੇ ਸਨਾਤਕ ਨਗਰ ਕੌਂਸਲ ਦੇ ਉਪ ਪ੍ਰਧਾਨ ਤੇ ਭਾਜਪਾ ਆਗੂ ਸੁਖਵਿੰਦਰ ਸਿੰਘ ਰਿੰਟੂ ਦੇ ਪਰਸ ਤੇ ਆਪਣਾ ਹੱਥ ਸਾਫ਼ ਕੀਤਾ। ਇੱਕ ਹੋਰ ਆਗੂ ਜਿਸਦੇ ਪਰਸ ਵਿੱਚ ਬੈਂਕ ਦੀ ਕਿਸ਼ਤ ਭਰਨ ਲਈ 32,000 ਰੁਪਏ ਸਨ, ਉਹ ਵੀ ਜੇਬ ਕਤਰਿਆਂ ਨੇ ਉਡਾਉਣ ਵਿੱਚ ਸਫਲਤਾ ਪ੍ਰਾਪਤ ਕਰ ਲਈ। ਵੋਟਾਂ ਖਾਤਰ ਲੀਡਰ ਦਰ ਦਰ ਭਟਕ ਰਹੇ ਨੇ। ਫਿਰੋਜ਼ਪੁਰ ਨੇੜੇ ਡੇਰਾ ਭਜਨਗੜ੍ਹ 'ਚ 6ਵੇਂ ਗੱਦੀ ਨਸ਼ੀਨ ਬਾਬਾ ਮੁਖਤਿਆਰ ਸਿੰਘ ਦੀ ਅੰਤਿਮ ਅਰਦਾਸ ਤੇ ਭੋਗ ਦੇ ਦੇਸ਼ ਭਰ 'ਚ ਹਜ਼ਾਰਾਂ ਦੀ ਗਿਣਤੀ 'ਚ ਕੰਬੋਜ ਭਾਈਚਾਰੇ ਦੇ ਲੋਕਾਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਗੁਰੂ ਹਰ ਸਹਾਏ ਦੇ ਗੋਲਕੇ ਮੋੜ 'ਤੇ ਸਥਿਤ ਇਹ ਡੇਰਾ ਕੰਬੋਜ ਭਾਈਚਾਰੇ ਦਾ ਸਭ ਤੋਂ ਵੱਡਾ ਡੇਰਾ। ਰਾਜਨੀਤਿਕ ਪਾਰਟੀਆਂ ਦੇ ਨੇਤਾ ਵੀ ਬਾਬਾ ਜੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਇਸ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਰ ਸਰਕਾਰ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, PDA ਦੇ ਉਮੀਦਵਾਰ ਹੰਸਰਾਜ ਹੰਸ ਗੋਲਡਨ, ਸੰਤ ਸ਼ੇਰ ਸਿੰਘ ਖਾਇਆ, ਸਾਬਕਾ ਮੰਤਰੀ ਹੰਸਰਾਜ ਜੋਸ਼ੀ ਆਦਿ ਮੌਜੂਦ ਹੋਏ। ਚੋਣਾਂ ਦੌਰਾਨ ਪੰਜਾਬ 'ਚ ਸਿਆਸੀ ਦਲਾਂ ਦੇ ਡੇਰੇ 'ਚ ਪਹੁੰਚਣ ਦਾ ਸਿਲਸਿਲਾ ਜਾਰੀ। ਸੁਖਬੀਰ ਬਾਦਲ ਨੇ ਬਾਬਾ ਜੀ ਦੀ ਜੀਵਨੀ ਅਤੇ ਉਹਨਾਂ ਵੱਲੋਂ ਸਮਾਜ ਵਿੱਚ ਵੇਖਦੇ ਗਏ ਕੰਮਾਂ ਦੇ ਵਿਚਾਰ ਪੇਸ਼ ਕੀਤੇ ਗਏ। ਖੇਡ ਮੰਤਰੀ ਰਾਣਾ ਸੋਢੀ ਨੇ ਵੀ ਬਾਬਾ ਜੀ ਨੂੰ ਸ਼ਰਧਾਂਜਲੀ ਦਿੱਤੀ। ਫਿਰੋਜ਼ਪੁਰ ਸੰਸਦੀ ਸੀਟ 'ਤੇ ਕੰਬੋਜ ਅਤੇ ਰਾਏ ਸਿੰਘ ਭਾਈਚਾਰੇ ਦੇ ਵੋਟਰਾਂ ਦਾ ਦਬਦਬਾ। ਹੁਣ ਤੱਕ ਹੋਈਆਂ ਚੋਣਾਂ 'ਚ ਦੇਖਿਆ ਗਿਆ ਕਿ ਦੋਵਾਂ ਹੀ ਭਾਈਚਾਰੇ ਦੇ ਲੋਕਾਂ ਦੀ ਵੋਟਾਂ ਇੱਕ ਹੀ ਉਮੀਦਵਾਰ ਦੇ ਪੱਖ 'ਚ ਜਾਂਦੀ ਹੈ ਅਤੇ ਸਾਰੀਆਂ ਪਾਰਟੀਆਂ ਉਹਨਾਂ ਨੂੰ ਰੁਝਾਉਣ ਦੇ ਯਤਨ ਕਰ ਰਹੀਆਂ ਨੇ। ਬਟਾਲਾ ਨੇੜਲੇ ਨਜ਼ਦੀਕ ਪਿੰਡ ਰਿਆੜ ਦੇ ਮੌਜੂਦਾ ਕਾਂਗਰਸੀ ਸਰਪੰਚ ਦਾ ਪਿੰਡ ਦੌਲਤਪੁਰ ਦੇ ਸਾਬਕਾ ਸਰਪੰਚ ਵੱਲੋਂ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਕਿਸਾਨ ਸਿੰਘ ਨੇ ਦੱਸਿਆ ਕਿ ਨਵਦੀਪ ਸਿੰਘ ਕਾਂਗਰਸੀ ਸਰਪੰਚ ਪਿੰਡ ਰਿਆੜ ਆਪਣੀ ਭੈਣ ਜਿਸਦਾ ਪਤੀ ਇੰਦਰਜੀਤ ਸਿੰਘ ਮੌਜੂਦਾ ਸਰਪੰਚ ਦੌਲਤਪੁਰ ਦੇ ਘਰ ਗਿਆ ਸੀ, ਜਿੱਥੇ ਪਿੰਡ ਦੌਲਤਪੁਰ ਦੇ ਸਾਬਕਾ ਅਕਾਲੀ ਸਰਪੰਚ ਨੇ ਨਾਲ ਪੁਰਾਣੀ ਰੰਜਿਸ਼ ਨੂੰ ਲੈ ਕੇ ਫੈਸਲਾ ਕੀਤਾ ਜਾਣਾ ਸੀ। ਦੋਵਾਂ ਧਿਰਾਂ ਦੇ ਬੰਦੇ ਵੀ ਇਕੱਠੇ ਕੀਤੇ ਗਏ ਸਨ ਅਤੇ ਇਸ ਦੌਰਾਨ ਦੋਵਾਂ ਧਿਰਾਂ ਵਿੱਚ ਬਹਿਸ ਹੋ ਗਈ ਅਤੇ ਉਹ ਬਹਿਸ ਵੱਧਦੀ ਲੜਾਈ ਦਾ ਰੂਪ ਧਾਰ ਗਈ, ਜਿਸ ਦੌਰਾਨ ਸਾਬਕਾ ਅਕਾਲੀ ਸਰਪੰਚ ਨੇ ਨਵਦੀਪ ਸਿੰਘ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਹਸਪਤਾਲ ਲਿਜਾਣ ਲਈ ਡਾਕਟਰਾਂ ਨੇ ਨਵਦੀਪ ਸਿੰਘ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਮੌਕੇ 'ਤੇ ਪਹੁੰਚ ਕੇ DSP ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਿਧਾਨ ਸਭਾ ਹਲਕਾ ਬਰਨਾਲਾ ਦੇ ਪਿੰਡ ਜੋਧਪੁਰ ਵਿਖੇ ਮੌਜੂਦਾ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਆਪਣੀ ਪਾਰਟੀ ਦੇ ਲਾਰਿਆਂ ਦੇ ਅੱਕੇ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਵੱਲੋਂ ਪਿੰਡ ਦੀ ਅਨਾਜ ਮੰਡੀ ਵੋਟਾਂ ਸੰਬੰਧੀ ਪਿੰਡ ਵਾਸੀਆਂ ਨੂੰ ਸੰਬੋਧਨ ਕਰਨਾ ਸੀ, ਪਰ ਰੈਲੀ ਵਾਲੀ ਥਾਂ 'ਤੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਭਗਵੰਤ ਮਾਨ ਦਾ ਡਟ ਕੇ ਸਾਥ ਦੇਣ ਵਾਲੇ ਵਰਕਰਾਂ ਨੇ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਉਹਨਾਂ ਵੱਲੋਂ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਹੱਕ 'ਚ ਪ੍ਰਚਾਰ ਤੋਂ ਇਲਾਵਾ ਮੈਂਬਰਸ਼ਿਪ ਕੱਢਣ ਅਤੇ ਆਪਣੇ ਵੱਲੋਂ ਖਰਚ ਕੇ ਚੋਣ ਮੁਹਿੰਮ 'ਚ ਹਿੱਸਾ ਪਾਇਆ, ਪਰ ਪਿਛਲੇ 5 ਸਾਲਾਂ 'ਚ ਨਾ ਤਾਂ ਭਗਵੰਤ ਮਾਨ ਨੇ ਪਿੰਡਾਂ 'ਚ ਗੇੜਾ ਮਾਰਿਆ ਅਤੇ ਨਾ ਹੀ ਪਿੰਡ ਨੂੰ ਕੋਈ 5 ਪੈਸੇ ਦੀ ਗ੍ਰਾਂਟ ਦਿੱਤੀ।
ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਲੱਗ ਅਲੱਗ ਪਿੰਡਾਂ 'ਚ ਆਏ ਭਗਵੰਤ ਮਾਨ ਨੂੰ ਪਿੰਡ ਆਉਣ 'ਤੇ ਗ੍ਰਾਂਟ ਲਈ ਦਰਜਨਾ ਵਾਰ ਕਿਹਾ ਗਿਆ, ਪਰ ਹਰ ਵਾਰ ਲਾਰ ਲਾ ਕੇ ਸੰਤ ਮੋੜ ਦਿੱਤਾ ਜਾਂਦਾ ਰਿਹਾ। ਜਦ ਲੋਕ ਸਭਾ ਚੋਣਾਂ ਦੁਆਰਾ ਆ ਗਈਆਂ ਨੇ ਤਾਂ ਪਿੰਡ ਜੋਧਪੁਰ ਦੀ ਯਾਦ ਆ ਗਈ। ਇਸ ਗੱਲ ਨੂੰ ਲੈ ਕੇ ਅੱਜ SP ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਅਤੇ ਵਿਰੋਧ ਕਾਰਨ ਉਹਨਾਂ ਨੂੰ ਬਿਨ ਬੋਲੇ ਹੀ ਵਾਪਸ ਮੁੜਨਾ ਪਿਆ। ਆਗੂਆਂ ਵੱਲੋਂ ਇਸ ਮੌਕੇ ਵਿਰੋਧ 'ਚ ਨਾਅਰੇਬਾਜ਼ੀ ਵੀ ਕੀਤੀ ਗਈ। ਲੁਧਿਆਣਾ STF ਨੇ ਗੁਪਤ ਸੂਚਨਾ ਦੇ ਆਧਾਰ 'ਤੇ ਵਰਤਮਾਨ ਸਬਜ਼ੀ ਮੰਡੀ ਰੋਡ 'ਤੇ 400 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੀ ਪਹਿਚਾਣ ਵਿਨੇ ਢਿੰਗਰਾ ਅਤੇ ਕੁਲਵਿੰਦਰ ਸਿੰਘ ਵਾਸੀ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 2 ਕਰੋੜ ਰੁਪਏ ਬਣਦੀ ਹੈ। ਪਾਕਿਸਤਾਨ ਨੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੇ ਨਾਲ ਸੰਬੰਧਾਂ 'ਚ ਆਏ ਤਣਾਅ ਦੇ ਦੌਰਾਨ 100 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ। ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਰਿਹਾਅ ਕੀਤੇ ਗਏ ਕੈਦੀਆਂ ਨੂੰ ਭਾਰੀ ਸੁਰੱਖਿਆ ਦੇ ਤਹਿਤ ਕਰਾਚੀ ਛਾਉਣੀ ਰੇਲਵੇ ਸਟੇਸ਼ਨ ਲਿਜਾਇਆ ਗਿਆ, ਜਿੱਥੇ ਉਹਨਾਂ ਨੂੰ ਲਾਹੌਰ ਦੇ ਆਲਮਾ ਇਕਬਾਲ ਐਕਸਪ੍ਰੈਸ 'ਚ ਚੜਾਇਆ ਗਿਆ ਅਤੇ ਜਾਣਕਾਰੀ ਦੇ ਅਨੁਸਾਰ ਉਹਨਾਂ ਨੂੰ ਵਾਹਗਾ ਸਰਹੰਦ 'ਤੇ ਲਿਜਾਇਆ ਜਾਵੇਗਾ, ਜਿੱਥੇ ਉਹਨਾਂ ਨੂੰ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤਾ। ਦੱਸ ਦਈਏ ਕਿ ਉਹਨਾਂ ਮਛੇਰਿਆਂ ਨੂੰ ਪਾਕਿਸਤਾਨ ਦੇ ਪਾਣੀ 'ਚ ਦਾਖਲ ਹੋਣ ਅਤੇ ਕੌਮਾਂਤਰੀ ਸਮੁੰਦਰੀ ਸਰਹੱਦ ਦਾ ਉਲੰਘਣ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਲੋਕ ਸਭਾ ਚੋਣਾਂ ਦੇ ਲਈ ਦੇਸ਼ ਭਰ 'ਚ ਕਾਂਗਰਸ ਦੇ ਲਈ ਚੋਣ ਪ੍ਰਚਾਰ ਕਰਨਗੇ। ਰਾਬਰਟ ਵਾਡਰਾ ਦਾ ਕਹਿਣਾ ਹੈ ਕਿ ਉਹ ਨਾ ਸਿਰਫ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਦੇ ਨਾਮ ਕਰਨ ਦੇ ਲਈ ਅਮੇਠੀ ਅਤੇ ਰਾਏਬਰੌਲੀ 'ਚ ਉਹਨਾਂ ਦੇ ਨਾਲ ਰਹਿਣਗੇ, ਬਲਕਿ ਉਹ ਦੇਸ਼ ਭਰ 'ਚ ਕਾਂਗਰਸ ਦੇ ਲਈ ਪ੍ਰਚਾਰ ਕਰਨਗੇ। ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਅੱਜ 2 ਵਿਅਕਤੀਆਂ ਨੂੰ 62 ਪਾਸਪੋਰਟ ਅਤੇ 28 ਨਕਲੀ ਸਟੈਂਪਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਵਿਅਕਤੀਆਂ 'ਚੋਂ ਇੱਕ ਅੰਤਰਰਾਸ਼ਟਰੀ ਇੰਗਲਿਸ਼ ਲੈਂਗੁਏਜ ਦਾ ਕੋਚ ਸੀ ਅਤੇ ਇੱਕ ਵਪਾਰੀ ਦੱਸਿਆ ਜਾ ਰਿਹਾ। ਪਾਕ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਸਾਡੇ 'ਤੇ ਇੱਕ ਹੋਰ ਹਮਲਾ ਕਰਨ ਦੀ ਤਿਆਰੀ 'ਚ ਹੈ। ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਕਿਹਾ ਕਿ ਇਸਲਾਮਾਬਾਦ ਨੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਨੂੰ ਭਾਰਤੀ ਹਮਲਾਵਰੀ ਰਵੱਈਏ ਬਾਰੇ ਆਪਣੀ ਚਿੰਤਾ ਤੋਂ ਜਾਣੂ ਕਰਵਾਇਆ। ਮਹਿਮੂਦ ਨੇ ਕਿਹਾ ਕਿ ਭਾਰਤ ਇਹ ਹਮਲਾ 16 ਤੋਂ 20 ਅਪ੍ਰੈਲ ਦਰਮਿਆਨ ਕਰ ਸਕਦਾ ਹੈ। ਵਿਸ਼ਵ ਸਿਹਤ ਦਿਵਸ ਮੌਕੇ ਲੋਕਾਂ ਦਾ ਵੱਧਦਾ ਮੋਟਾਪਾ ਚਿੰਤਾ ਦਾ ਵਿਸ਼ਾ ਹੈ। ਮੋਟਾਪਾ ਘਟਾਉਣ ਲਈ ਲੋਕ ਕੀ ਨਹੀਂ ਕਰਦੇ? ਮਾਹਿਰਾਂ ਦਾ ਮੰਨਣਾ ਹੈ ਕਿ ਲੋਕਾਂ ਦਾ ਸਕਾਰਾਤਮਕ ਨਜ਼ਰੀਆ ਹੀ ਸਭ ਤੋਂ ਵੱਡਾ ਹੱਲ ਹੈ। ਭਾਰਤ ਦੇ ਸ਼ਹਿਰੀ ਇਲਾਕਿਆਂ ਵਿੱਚ ਇਹ ਸਮੱਸਿਆ ਕਾਫੀ ਵੱਧ ਚੁੱਕੀ ਹੈ। ਅਮਰੀਕਾ ਦੇ ਲਗਭਗ 3/4 ਪੁਰਸ਼ ਅਤੇ 60% ਔਰਤਾਂ ਜ਼ਿਆਦਾ ਵਜ਼ਨ ਨਾਲ ਮੋਟਾਪੇ ਦੇ ਨਾਲ ਪੀੜਿਤ ਨੇ। ਲਗਭਗ 60% ਬ੍ਰਿਟਿਸ਼ ਬਾਲਕ ਵੀ ਇਸ ਸਮੱਸਿਆ ਨਾਲ ਜੂਝ ਰਹੇ ਨੇ। ਇਸਦਾ ਮਤਲਬ ਹੈ ਅਮਰੀਕਾ ਅਤੇ ਬ੍ਰਿਟੇਨ ਦੇ ਜ਼ਿਆਦਾਤਰ ਬਾਲਕ ਤਣਾਅ, ਦਿਲ ਦੇ ਰੋਗਾਂ, ਸਟ੍ਰੋਕ, 2 ਤਰ੍ਹਾਂ ਦੇ ਸ਼ੂਗਰ, ਕੁਝ ਤਰ੍ਹਾਂ ਦੇ ਕੈਂਸਰ ਅਤੇ ਸਮੇਂ ਤੋਂ ਪਹਿਲਾਂ ਮੌਤ ਦੇ ਉੱਚੇ ਜ਼ੋਖਮ ਨਾਲ ਜੂਝ ਰਹੇ ਨੇ। ਕਾਂਗਰਸ ਨੇ ਫਿਲਹਾਲ ਪੰਜਾਬ ਅਤੇ ਹਰਿਆਣਾ 'ਚ ਕਿਸੇ ਵੀ ਸਿਆਸੀ ਪਾਰਟੀ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਕਰਨ ਤੋਂ ਇਨਕਾਰ ਕੀਤਾ। ਪਾਰਟੀ ਨੇ ਸਾਫ਼ ਕੀਤਾ ਕਿ ਉਹ ਦੋਨਾਂ ਰਾਜਾਂ ਵਿੱਚ ਇਕੱਲੇ ਚੋਣ ਲੜੇਗੀ। ਪਾਰਟੀ ਨੇ ਆਪਣੇ ਇਸ ਐਲਾਨ ਨਾਲ ਦੋਨਾਂ ਰਾਜਾਂ ਵਿੱਚ ਆਮ ਆਦਮੀ ਪਾਰਟੀ ਆਪ ਨਾਲ ਗੱਠਜੋੜ ਨੂੰ ਲੈ ਕੇ ਲੜਾਈਆਂ ਜਾ ਰਹੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ। ਹਾਲਾਂਕਿ ਦਿੱਲੀ ਵਿੱਚ ਸਮਝੌਤੇ ਨੂੰ ਲੈ ਕੇ ਜਾਰੀ ਭੰਬਲ ਵਿੱਚ ਨੂੰ ਬਰਕਰਾਰ ਰੱਖਦੇ ਹੋਏ ਅਗਲੇ 1-2 ਦਿਨਾਂ ਵਿੱਚ ਪੂਰੀ ਸਥਿਤੀ ਸਾਫ਼ ਹੋਣ ਦੇ ਸੰਕੇਤ ਦਿੱਤੇ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਐਤਵਾਰ ਨੂੰ ਪਾਰਟੀ ਦੇ ਚੋਣ ਨਾਅਰਿਆਂ ਤੇ ਗੀਤ ਨੂੰ ਜਾਰੀ ਕਰਨ ਦੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਇਹ ਐਲਾਨ ਕੀਤਾ। ਉਹਨਾਂ ਕਿਹਾ ਕਿ ਦੋਨਾਂ ਹੀ ਰਾਜਾਂ ਵਿੱਚ ਪਾਰਟੀ ਕਾਫੀ ਮਜ਼ਬੂਤ ਸਥਿਤੀ ਵਿੱਚ ਹੈ। ਆਮ ਆਦਮੀ ਪਾਰਟੀ ਨਾਲ ਸਮਝੌਤੇ ਦੇ ਸਵਾਲ ਤੋਂ ਉਹਨਾਂ ਕਿਹਾ ਕਿ ਇਹ ਸਿਰਫ ਕਿਆਫੇ ਹੀ ਹਨ ਕਿ ਉਹਨਾਂ ਦੀ ਪਾਰਟੀ ਦੋਨਾਂ ਰਾਜਾਂ 'ਚ ਕਿਸੇ ਨਾਲ ਸਮਝੌਤਾ ਨਹੀਂ ਕਰਨ ਜਾ ਰਹੀ ਹੈ। ਇਸ ਨਾਲ ਹੀ ਖਬਰ ਐਕਸਪ੍ਰੈਸ ਵਿੱਚ ਫਿਲਹਾਲ ਇੰਨਾ ਹੀ। ਸਿਲਸਿਲਾ ਖਬਰਾਂ ਦਾ ਜਾਰੀ ਰਹੇਗਾ ਅਤੇ ਵੇਖਦੇ ਰਹੋ ਗੱਲ ਪੰਜਾਬ ਦੀ।